ਬਲਵੰਤ ਸਿੰਘ ਰਾਜੋਆਣਾ ਨਾਲ ਕੋਈ ਰੰਜ ਹੈ, ਕੋਈ ਦੁੱਖ ਹੈ ਉਸ ਗੱਲ ਨੂੰ ਲੈ ਕੇ? ਨਹੀਂ, ਇੱਕੋ ਹੀ ਗੱਲ ਸੀ, ਦੇਖੋ ਉਹ ਕਦੇ ਵੀ ਉਹਨਾਂ ਨੇ ਤਾਂ ਵਾਪਸ ਆਉਣਾ ਨਹੀਂ, ਉਹ ਤਾਂ ਚਲੇ ਗਏ। ਜਿਹੜਾ ਉਹਨਾਂ ਨੇ ਆਪਣਾ ਇੱਕ ਉਹਨਾਂ ਦਾ ਟਾਰਗੇਟ ਸੀ, ਇੱਕ ਉਹਨਾਂ ਨੇ ਮਿਥੀ ਹੋਈ ਸੀ ਗੱਲ ਵੀ ਮੇਰਾ ਜੀਵਨ ਆ ਜਿਹੜਾ ਉਹ ਮੈਂ ਅਮਨ ਸ਼ਾਂਤੀ ਦੇ ਲਾਉਣਾ, ਉਦੋਂ ਬਾਅਦ ਮੇਰਾ ਇੱਕ ਦਿਨ ਮੈਂ ਨਾ ਰਵਾਂ। ਇੱਕੋ ਮੈਂ ਹਮੇਸ਼ਾ ਮੈਂ ਬਿਆਨ ਦਿੰਦਾ ਰਿਹਾ ਵੀ ਉਹ ਆ ਕੇ ਕੋਈ ਐਸੀ ਗੱਲ ਜਿਵੇਂ ਉਹਨਾਂ ਨੇ ਵੀ ਜਿਵੇਂ ਉਹਨਾਂ ਨੇ ਟਨਲ ਬਣਾ ਕੇ ਭੱਜੇ, ਫਿਰ ਉਹਨਾਂ ਨੇ ਇੱਕ ਦੋ ਵਾਕੇ ਕਰਤੇ, ਪਰ ਹੁਣ ਉਹਨੂੰ ਵੀ ਬਹੁਤ ਚਿਰ ਹੋ ਗਿਆ, ਉਹਨਾਂ ਦੀ ਉਮਰਾਂ ਨਹੀਂਗੀਆਂ, ਕਿਸੇ ਦੀ ਪਿੱਠ ਦੁਖਦੀ ਆ, ਉਹ ਇਲਾਜ ਚੱਲ ਰਹੇ ਆ, ਕਿਸੇ ਦਾ ਮੈਂਟਲੀ ਇਲਾਜ ਚੱਲ ਰਿਹਾ, ਕਿਸੇ ਦਾ ਹੋਰ ਚੱਲ ਰਿਹਾ, ਹੁਣ ਉਹ ਟਾਈਮ ਆ ਜਿਹੜਾ ਉਹ ਆ ਗਿਆ ਵੀ ਉਹਨਾਂ ਸਾਰੀਆਂ ਗੱਲਾਂ ਨੂੰ ਭੁੱਲ ਕੇ, ਸਾਰੀਆਂ ਗੱਲਾਂ ਨੂੰ ਛੱਡ ਕੇ ਉਹਨਾਂ ਵੱਲ ਵੀ ਜਿਹੜਾ ਹੈ ਉਹ ਵੀ ਆਪਣੀ ਜਿਹੜੀ ਜ਼ਿੰਦਗੀ ਅੱਧੀ ਤੋਂ ਵੱਧ ਤਾਂ ਕੱਟੀ ਕੱਟੀ ਗਈ, ਜਿੰਨੀ ਵੀ ਹੈ ਆਪਣੀ ਆਰਾਮ ਨਾਲ ਕੱਟਣ। ਉਹ ਕਹਿੰਦੇ ਸਾਰੇ ਖਡੂਰ ਸਾਹਿਬ ਇਲਾਕੇ ਵਾਲਿਆਂ ਨੇ ਇਸ ਕਰਕੇ ਵੋਟ ਪਾਈ, ਜਿਹੜੇ ਵੀ ਪਿੰਡ ਜਾਂਦੇ ਸੀ ਵੀ ਚਲੋ ਜੇ ਯਾਰ ਐਮ ਪੀ ਬਣ ਜਾਏਗਾ ਇੱਕ ਵੋਟ ਹੀ ਆ ਪਾਉਣੇ ਹੀ ਆ, ਅਤੇ ਇਸ ਵਾਰ ਅੰਮ੍ਰਿਤਪਾਲ ਨੂੰ ਪਾ ਕੇ ਮੁੰਡਾ ਬਾਹਰ ਆ ਜਾਊਗਾ। ਮੇਰੇ ਨਾਲ ਇਸ ਵੇਲੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਪੰਜਾਬ ਦੇ ਕੁਝ ਭਖਦੇ ਮੁੱਦਿਆਂ ਦੇ ਉੱਤੇ। ਬਿੱਟੂ ਸਾਹਿਬ ਬਹੁਤ ਬਹੁਤ ਸਵਾਗਤ ਹੈ। ਪੰਜਾਬ ਦਾ ਇੱਕ ਵੱਡਾ ਮੁੱਦਾ ਹੈ ਬੰਦੀ ਸਿੰਘ, ਤੁਸੀਂ ਅਕਸਰ ਖੁੱਲ੍ਹ ਕੇ ਬੋਲਦੇ ਆਏ ਹੋ ਇਸ ਮੁੱਦੇ 'ਤੇ, ਹੁਣ ਮੰਤਰੀ ਬਣ ਗਏ ਹੋ, ਹੁਣ ਸਰਕਾਰ ਦੇ ਵਿੱਚ ਹੋ, ਸਭ ਦੀ ਆਸ ਇਹ ਹੈ ਕਿ ਸਰਕਾਰ ਇਸ ਮੁੱਦੇ ਨੂੰ ਸੁਲਝਾਏ, ਜੋ ਲੋਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜੇਲ੍ਹਾਂ 'ਚ ਨੇ, ਉਹਨਾਂ ਨੂੰ ਬਾਹਰ ਕੱਢਿਆ ਜਾਏ। ਇੱਕ ਤਾਂ ਹਰਪ੍ਰੀਤ, ਮੈਂ ਜਿੱਦਣ ਦੀ ਇਹ ਗੱਲ ਕੀਤੀ ਆ, ਚਾਹੇ ਤੁਹਾਡੇ ਚੈਨਲ 'ਤੇ, ਚਾਹੇ ਮੈਂ ਇੱਕ ਗੱਲ ਮਹਿਸੂਸ ਵੀ ਕੀਤੀ ਪੰਜਾਬ ਜਾ ਕੇ, ਚਾਹੇ ਕੋਈ ਵੀ ਮੈਨੂੰ ਮਿਲਿਆ, ਅਤੇ ਇਸ ਗੱਲ 'ਚ ਸਭ ਦਾ ਇਹੀ ਵਿਚਾਰ ਜਿਹੜਾ ਹੈ ਉਹ ਦੇਖਿਆ ਵੀ ਇਹ ਗੱਲ ਜਿਹੜੀ ਹੁਣ ਟਾਈਮ ਆ, ਕਿਉਂਕਿ ਪੰਜਾਬ ਦੇ ਵਿੱਚ ਕਈ ਮਾਹੌਲ ਐਸੇ ਬਣੇ ਹੋਏ ਨੇ ਜਿਹਦਾ ਮਤਲਬ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਸੀ, ਉਹਦੇ ਵਿੱਚ ਕਈ ਰੀਜ਼ਨ ਨੇ, ਕਈ ਕਾਰਨ ਨੇ, ਅਤੇ ਇਹ ਗੱਲਾਂ ਜਿਹੜੀਆਂ ਹੁਣ ਜਿਹੜੀ ਮੈਂ ਕੀਤੀ ਆ, ਕਿਉਂਕਿ ਉਹਦੇ ਵਿੱਚ ਚਾਹੇ ਬੰਦੀ ਸਿੱਖ ਹੋਣ, ਚਾਹੇ ਉਹਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਬੇਅੰਤ ਸਿੰਘ ਦੇ ਨਾਲ ਜੁੜੇ ਹੋਏ ਕੇਸ ਦੇ ਨਾਲ ਸੰਬੰਧਿਤ ਹੋਣ, ਤੁਸੀਂ ਸਾਰੇ ਪਰਿਵਾਰ ਨੂੰ ਦੇਖਿਆ, ਉਦੋਂ ਬਾਅਦ ਪਰਿਵਾਰ ਦੇ ਸਾਰਿਆਂ ਨੇ ਗੱਲ ਵੀ ਕੀਤੀ ਅਲੱਗ ਅਲੱਗ ਚੈਨਲਾਂ 'ਤੇ, ਸਭ ਦੀ ਇਹੀ ਸੀ ਗੱਲ ਬਈ ਹੁਣ ਜਿਹੜਾ ਇਹ ਨਵਾਂ ਜਿਹੜਾ ਪੰਜਾਬ ਆ ਉਹਦੀ ਬੀਜੇਪੀ, ਵੈਸੇ ਵੀ ਬੀਜੇਪੀ ਦਾ ਨਾਰਾ ਵੀ ਨਵਾਂ ਪੰਜਾਬ ਆ, ਅਤੇ ਮੈਂ ਉਹਨੂੰ ਵੀ ਦੇਖਦੇ ਹੋਏ ਵਿੱਚ ਸਾਰੀਆਂ ਗੱਲਾਂ ਇਹਦੇ ਵਿੱਚ ਮਨ ਜਾਣੇ ਹੋ ਹਰਪ੍ਰੀਤ, ਕਈ ਬੰਦੇ ਬਹੁਤ ਗੱਲਾਂ ਕਰਦੇ ਆ ਵੀ ਇਹਨੇ ਪਹਿਲਾਂ ਵੀ ਇਹ ਗੱਲ ਕਹੀ ਸੀ ਕਿਸਾਨਾਂ ਵੇਲੇ, ਬਈ ਕਿਸਾਨਾਂ ਵੇਲੇ ਮੈਂ 100% ਕਹੀ ਸੀ, ਪਰ ਉਦੋਂ 600 ਤੋਂ ਉੱਤੇ ਕਿਸਾਨ ਤਾਂ ਸ਼ਹੀਦ ਹੋ ਗਿਆ ਸੀ, ਅਤੇ ਉਹ ਗੱਲ ਉਹ ਬਾਅਦ ਬਿੱਲ ਜਿਹੜੇ ਵਾਪਸ ਹੋਏ ਜਦੋਂ 600 ਲੋਕ ਉਹ 'ਚ ਸ਼ਹੀਦ ਹੋ ਗਏ ਸੀ, ਅਤੇ ਉਹ 'ਚ ਕੋਈ ਮਤ ਰਹਿੰਦਾ ਨਹੀਂ ਸੀ, ਅਤੇ ਇਸ ਕਰਕੇ ਇਹ 'ਚ ਕੋਈ ਵੀ ਨਾ ਕੋਈ ਸਿਆਸੀ ਗੱਲ ਆ, ਨਾ ਕਿਸੇ ਪਾਰਟੀ ਦੇ ਨਾਲ ਕੋਈ ਸੰਬੰਧਿਤ ਗੱਲ ਆ ਵੀ ਬੀਜੇਪੀ ਨੇ ਕੀ ਕਹਿਣਾ, ਕਿਸੇ ਨੇ ਕੀ ਕਹਿਣਾ, ਬਿਲਕੁਲ ਵੀ ਇਹ ਪੋਲੀਟੀਕਲ ਗੱਲ ਹੈ ਹੀ ਨਹੀਂ ਗੀ, ਨਾ ਇਹ ਹੋ ਸਕਦੀ ਆ, ਕਿਉਂਕਿ ਇਹ ਜਾਤੀ ਆਪਦੇ ਨਾਲ ਨਿੱਜੀ ਗੱਲ ਜੁੜੀ ਹੋਈ ਆ, ਇਹਦੇ ਵਿੱਚ ਪਾਰਟੀ ਵੀ ਕਿਉਂ ਕੁਛ ਕਹੂਗੀ ਅਤੇ ਕੋਈ ਹੋਰ ਵੀ ਕਿਉਂ ਕੁਛ ਕਹੂਗਾ। ਇਸ ਕਰਕੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਮੈਂ ਇਹ ਬੜੇ ਸੋਚ ਸਮਝ ਕੇ ਸਾਰੀ ਗੱਲ ਕੀਤੀ ਆ, ਕਈਆਂ ਨੇ ਕਿਹਾ ਸੀ ਵੀ ਨਹੀਂ ਇਹ ਪਲਟ ਜਾਣਗੇ, ਪਲਟੂਗਾ, ਬਦਲੂਗਾ ਕੁਛ ਦਿਨਾਂ ਬਾਅਦ, ਬਿਲਕੁਲ ਵੀ ਮੈਂ ਸਪਸ਼ਟ ਕਰ ਦਿੰਦਾ, ਜਿਹੜੀ ਇੱਕ ਵਾਰ ਗੱਲ ਕਹਿਤੀ ਕਹਿਤੀ, ਅੱਗੇ ਹੁਣ ਉਹਦੇ ਵਿੱਚ ਦੇਖਦੇ ਹਾਂ ਵੀ ਕੁਛ ਚਿਰਾਂ ਬਾਅਦ
ਕੀ ਉਹਦੇ ਵਿੱਚ ਕਾਰਵਾਈ ਹੁੰਦੀ ਆ, ਕਿਵੇਂ ਉਹ ਗੱਲ ਅੱਗੇ ਸ਼ੁਰੂ ਹੁੰਦੀ ਆ, ਕਿਉਂਕਿ ਸਰਕਾਰ ਚਾਹੁੰਦੀ ਹੈ, ਕਾਨੂੰਨ ਇਜਾਜ਼ਤ ਦਿੰਦਾ ਹੈ ਕਿ ਉਹਨਾਂ ਨੂੰ ਰਿਹਾ ਕੀਤਾ ਜਾਏ, ਤਾਂ ਰਵਨੀਤ ਬਿੱਟੂ ਇਸ ਦੇ ਸਮਰਥਨ 'ਚ ਖੜੇ ਹੋਣਗੇ, ਨਾਲ ਖੜੇ ਹੋਣਗੇ? ਮੈਂ ਕਿਹਾ ਜੀ ਬਿਲਕੁਲ, ਉਸ ਚੀਜ਼ ਨੂੰ ਚੰਗੇ ਢੰਗ ਨਾਲ, ਜਿਵੇਂ ਬਹੁਤਾਂ ਨੇ ਇਹ ਗੱਲਾਂ ਕੀਤੀਆਂ ਵੀ ਸਰਕਾਰ ਨੇ ਆਹ ਕਿਹਾ ਜੀ, ਅਮਿਤ ਸ਼ਾਹ ਜੀ ਨੇ ਆਹ ਗੱਲ ਕੀਤੀ ਆ ਜੀ, ਆਹ ਕੀਤੀ ਆ, ਬਈ ਕਾਨੂੰਨ ਦੀਆਂ ਗੱਲਾਂ ਜਿਹੜੀਆਂ ਨੇ ਉਹ ਆਪਣੇ ਤੌਰ 'ਤੇ ਆਪਣੀਆਂ ਨੇ, ਪਰ ਜਿਹੜੀ ਇੱਕ ਫੈਮਿਲੀ ਵੱਲੋਂ ਗੱਲ ਆਉਂਦੀ ਸੀ, ਪਰਿਵਾਰ ਵੱਲੋਂ ਆਉਂਦੀ ਸੀ ਵੀ ਕਿਸੇ ਦੇ ਪਰਿਵਾਰ ਨੇ ਆਹ ਕੀਤਾ, ਕੋਈ ਕਹਿੰਦਾ ਸੀ ਗਾਂਧੀ ਫੈਮਿਲੀ ਨੇ ਆਹ ਕੀਤਾ, ਕਿਸੇ ਨੇ ਆਹ ਕੀਤਾ, ਅਤੇ ਉਹ ਸਾਰੀਆਂ ਗੱਲਾਂ ਨੂੰ ਉਸ 'ਤੇ ਵਿਰਾਮ ਲਾਉਂਦੇ ਹੋਏ ਅਸੀਂ ਇਹ ਪਹਿਲ ਆ ਜਿਹੜੀ ਉਹ ਕੀਤੀ ਆ। ਹਜੇ ਅੱਗੇ ਕਾਨੂੰਨੀ ਕੀ ਗੱਲਾਂ ਨੇ, ਕੀ ਗੱਲ ਕਿਸੇ ਨਾਲ ਕਰਨੀ ਆ, ਉਹ ਸਾਰੀਆਂ ਹੀ ਹਜੇ ਦੱਸਣ ਵਾਲੀਆਂ ਕਰਨ ਵਾਲੀਆਂ ਨਹੀਂ ਗੀਆਂ, ਉਹ ਵੀ ਟਾਈਮ ਟੂ ਟਾਈਮ ਆਉਣ ਵਾਲੇ ਦਿਨਾਂ 'ਚ ਕੀ ਕਰਨਾ ਕਿਵੇਂ ਕਰਨਾ ਉਹ ਵੀ ਜ਼ਰੂਰ ਗੱਲ ਆ ਜਿਹੜੀ ਉਹ ਮੂਹਰੇ ਆਉਣ ਵਾਲੇ ਦਿਨਾਂ 'ਚ ਰੱਖਾਂਗੇ। ਬਲਵੰਤ ਸਿੰਘ ਰਾਜੋਆਣਾ ਨਾਲ ਕੋਈ ਰੰਜ ਹੈ, ਕੋਈ ਦੁੱਖ ਹੈ ਉਸ ਗੱਲ ਨੂੰ ਲੈ ਕੇ? ਨਹੀਂ, ਇੱਕੋ ਹੀ ਗੱਲ ਸੀ, ਦੇਖੋ ਉਹ ਕਦੇ ਵੀ ਉਹਨਾਂ ਨੇ ਤਾਂ ਵਾਪਸ ਆਉਣਾ ਨਹੀਂ, ਉਹ ਤਾਂ ਚਲੇ ਗਏ। ਜਿਹੜਾ ਉਹਨਾਂ ਨੇ ਆਪਣਾ ਇੱਕ ਉਹਨਾਂ ਦਾ ਟਾਰਗੇਟ ਸੀ, ਇੱਕ ਉਹਨਾਂ ਨੇ ਮਿਥੀ ਹੋਈ ਸੀ ਗੱਲ ਵੀ ਮੇਰਾ ਜੀਵਨ ਆ ਜਿਹੜਾ ਉਹ ਮੈਂ ਅਮਨ ਸ਼ਾਂਤੀ ਦੇ ਲਾਉਣਾ, ਉਦੋਂ ਬਾਅਦ ਮੇਰਾ ਇੱਕ ਦਿਨ ਮੈਂ ਨਾ ਰਵਾਂ। ਅਸੀਂ ਬੜਾ ਉਹਨਾਂ ਨਾਲ ਆਮ ਗੱਲ ਕਰਦੇ ਸੀ ਘਰ 'ਚ, ਉਹ ਕਹਿੰਦੇ ਮੈਂ ਜਿਸ ਲਾਈਨ 'ਤੇ ਤੁਰ ਪਿਆ ਮੈਨੂੰ ਕੋਈ ਭੁਲੇਖਾ ਨਹੀਂ, ਮੈਨੂੰ ਕੋਈ ਗਲਤ ਫਹਿਮੀ ਨਹੀਂ ਵੀ ਮੇਰੇ ਨਾਲ ਕੀ ਹੋਣਾ ਹੈ, ਨਾ ਮੈਨੂੰ ਪਰਵਾਹ ਇਸ ਚੀਜ਼ ਦੀ। ਅਤੇ ਜਦੋਂ ਟੈਰਰਿਜ਼ਮ ਉਹਨਾਂ ਨੇ ਖਤਮ ਕਰਤਾ ਸੀ ਅੱਤਵਾਦ, ਜਦੋਂ ਰੋਜ਼ ਲੋਕ ਗੋਲੀਆਂ ਚੱਲਣੋਂ ਹਟ ਗਈਆਂ, ਮਰਨੋਂ ਹਟ ਗਏ ਲੋਕ, ਬੰਬ ਚੱਲਣੋਂ ਹਟ ਗਏ, ਚਾਹੇ ਉਹ 'ਚ ਪਾਕਿਸਤਾਨ ਸੀ, ਉਹ ਰੋਜ਼ ਆਪਣੇ ਬੰਦੇ ਭੇਜਦਾ ਸੀ ਕਿਵੇਂ ਕਰਦੇ, ਉਹ ਸਭ ਕੁਛ ਰੁਕ ਗਿਆ। ਉਹ 'ਚ ਬਹੁਤ ਕਾਰਨ ਨੇ, ਲੋਕ ਆਪਣੀਆਂ ਆਪਣੀਆਂ ਗੱਲਾਂ ਦੱਸਦੇ ਆ, ਪਰ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਪਾਕਿਸਤਾਨ ਦੀ ਸੀ ਨਾ, ਪਾਕਿਸਤਾਨ ਹੀ ਬੰਦਿਆਂ ਨੂੰ ਟ੍ਰੇਨਡ ਕਰਕੇ, ਜਿਵੇਂ ਹੁਣ ਜੰਮੂ ਕਸ਼ਮੀਰ 'ਚ ਹੁੰਦਾ ਹੈ, ਉਹੀ ਹਾਲਾਤ ਸੀਗੇ ਆਪਣੇ ਸੇਮ, ਵੀ ਪਤਾ ਨਹੀਂ ਕਦ ਕੋਈ ਬੱਸ, ਉਹ ਚੀਜ਼ ਜਦੋਂ ਉਹਨਾਂ ਨੇ ਕਰਤੀ ਖਤਮ, ਅਤੇ ਉਦੋਂ ਬਾਅਦ ਉਹਨਾਂ ਦਾ ਮਨਸੂਬਾ ਜਿਹੜਾ, ਉਹਨਾਂ ਦਾ ਜਿਹੜੀ ਸੋਚ ਸੀ ਦੇਸ਼ ਲਈ ਉਹ ਪੂਰੀ ਹੋ ਗਈ। ਉਹ ਇੱਕ ਫੌਜੀ ਸੀ ਦੇਸ਼ ਲਈ ਆਪਣੇ, ਉਹ ਫੌਜ 'ਚ ਵੀ ਪਹਿਲਾਂ ਰਹੇ, ਉਹਨਾਂ ਨੂੰ ਵੀ ਉਹ 'ਚ ਵੀ ਪਤਾ ਨਹੀਂ ਹੁੰਦਾ ਵੀ ਕਦ ਜਾਨ ਚਲੀ ਜਾਣੀ ਆ, ਅਤੇ ਉਹਨਾਂ ਦਾ ਉਹ ਬਿਲਕੁਲ ਇਹ ਕਹਿੰਦੇ ਸੀ ਕਲੀਅਰ, ਮੇਰੇ ਦਾਦੀ ਜੀ ਨੂੰ ਅਸੀਂ ਬਾਅਦ 'ਚ ਜਦੋਂ ਗੱਲਾਂ ਕਰਨੀਆਂ, ਉਹ ਕਹਿੰਦੇ ਸੀ ਇਹਨਾਂ ਨੂੰ ਬਿਲਕੁਲ ਨਾ ਰੋਕਣਾ ਹੈ, ਜੇ ਇਹਨਾਂ ਨੂੰ ਰੋਕਾਂਗੇ ਇਸ ਚੀਜ਼ ਤੋਂ ਵੀ ਨਹੀਂ ਜੀ ਖਤਰਾ ਤੁਸੀਂ ਨਾ ਕਰੋ, ਇਹ ਵੈਸੇ ਬਿਮਾਰ ਹੋ ਕੇ ਇਹਨਾਂ ਦੀ ਡੈਥ ਹੋ ਜੂਗੀ। ਇਸ ਕਰਕੇ ਕੋਈ ਗੱਲ ਨਹੀਂ, ਜੇ ਸ਼ਹਾਦਤ ਪਾਉਂਦੇ ਆ ਤੇ ਪਾਉਂਦੇ, ਉਹੀ ਗੱਲ ਹੋਈ ਤੇ ਉਹ 'ਚ ਕੋਈ ਨਹੀਂ। ਉਦੋਂ ਬਾਅਦ ਇੱਕੋ ਹੀ ਗੱਲ ਸੀ, ਇੱਕੋ ਹੀ ਦਿਮਾਗ 'ਚ ਗੱਲ ਸੀ ਬਈ, ਕਿਉਂਕਿ ਉਦੋਂ ਬਾਅਦ ਉਹ ਟਨਲ ਬਣਾ ਕੇ ਭੱਜ ਗਏ ਸੀ, ਕਿਸੇ ਨੇ ਬਣਾਏ, ਉਦੋਂ ਬਾਅਦ ਵੀ ਆ ਕੇ ਉਹਨਾਂ ਨੇ ਬੰਬ ਬਲਾਸਟ ਕਰਤਾ, ਪਰ ਉਹਨੂੰ ਬੜੇ ਸਾਲ ਹੋ ਗਏ ਹੁਣ। ਤੇ ਮੇਰੇ ਹਜੇ ਹੁਣੇ ਮਨ 'ਚ ਪਹਿਲਾਂ ਇਹ ਸੀਗਾ ਵੀ ਜੇ ਕਿਤੇ ਬਾਹਰ ਆਉਂਦੇ ਆ ਕੋਈ ਐਸੀ ਗੱਲ ਨਾ ਕਰਨ ਜਿਹਦੇ ਨਾਲ ਕਿਸੇ ਦੇ ਹੋਰ ਪਰਿਵਾਰਾਂ ਦੀ, ਪਰ ਹੁਣ ਉਹਨਾਂ ਦੀਆਂ ਵੀ ਉਮਰਾਂ ਹੋ ਗਈਆਂ, ਕੋਈ ਜਿਹੜਾ ਉਹ ਜਵਾਨ ਉਮਰ ਨਹੀਂ, ਉਹਨਾਂ ਨੇ ਵੀ ਕੱਟ ਲਈਆਂ, ਕਈਆਂ ਨੇ ਅੱਗੇ ਪਰਿਵਾਰ ਵਸਾ ਲਏ, ਕਈਆਂ ਨੇ ਵਿਆਹ ਕਰ ਲਿਆ, ਉਹ ਆਪਣੀ ਪਰਿਵਾਰਾਂ ਨਾਲ ਜ਼ਿੰਦਗੀ ਜਿਉਣਾ ਚਾਹੁੰਦੇ ਆ, ਜਿਵੇਂ ਪਟਿਆਲੇ ਇੰਜੀਨੀਅਰ ਸਾਹਿਬ ਨੇ ਜੋ ਵੀ ਰਹੇ ਆ ਪਰੋਲ 'ਤੇ ਆ ਜਾਂਦੇ ਆ, ਅਸੀਂ ਕਦੇ ਉਹਨਾਂ ਨੂੰ ਰੋਕਿਆ ਨਹੀਂ, ਐਂ ਲਖਵਿੰਦਰ ਸਿੰਘ ਹੋਣੀ ਨੇ ਹੋਰ ਨੇ ਪਰੋਲ 'ਤੇ ਆਉਂਦੇ ਨੇ ਉਹ ਰਹਿਣ, ਪਰ ਜਿਉਂ ਜਿਉਂ ਹੁਣ ਕਈ ਵਾਰ ਉਹ ਬਾਹਰ ਆਏ ਨੇ ਅਤੇ ਬਾਹਰ ਆ ਕੇ ਉਹਨਾਂ ਨੇ ਪਿਛਲੇ ਦੋ ਸਾਲ 'ਚ ਜ਼ਿਆਦਾ ਆਉਣ ਲੱਗੇ ਨੇ, ਅਤੇ ਉਹਨਾਂ ਨੇ ਕੋਈ ਐਸੀ ਗੱਲ ਕੀਤੀ ਨਹੀਂ ਗੀ ਜਿਹਦੇ ਨਾਲ ਆਪਾਂ ਉਹਨਾਂ 'ਤੇ ਕਿੰਤੂ ਪ੍ਰੰਤੂ ਕਰ ਸਕੀਏ, ਅਤੇ ਇਸ ਕਰਕੇ ਉਹ ਉਨੀ ਉਹ ਗੱਲ ਸੀ ਮਨ 'ਚ, ਕਦੇ ਇਦੋਂ ਵੱਧ ਗੱਲ ਨਹੀਂ ਸੀ ਵੀ ਕੋਈ ਬਦਲਾ ਲੈਣਾ ਹੈ ਜਾਂ ਕੋਈ ਇਹ ਕਰਨਾ ਹੈ, ਉਹਨਾਂ ਨੇ ਤਾਂ ਵਾਪਸ ਆਉਣਾ ਨਹੀਂ ਇਹਦੇ ਨਾਲ। ਸਿਰਫ ਇੱਕੋ ਮੈਂ ਹਮੇਸ਼ਾ ਮੈਂ ਬਿਆਨ ਦਿੰਦਾ ਰਿਹਾ
ਵੀ ਉਹ ਆ ਕੇ ਕੋਈ ਐਸੀ ਗੱਲ ਜਿਵੇਂ ਉਹਨਾਂ ਨੇ ਪੰਜਾਬ ਦਾ ਮਾਹੌਲ ਨਾ ਖਰਾਬ ਹੋ, ਵੀ ਜਿਵੇਂ ਉਹਨਾਂ ਨੇ ਟਨਲ ਬਣਾ ਕੇ ਭੱਜੇ ਫਿਰ ਉਹਨਾਂ ਨੇ ਇੱਕ ਦੋ ਵਾਕੇ ਕਰਤੇ, ਪਰ ਹੁਣ ਉਹਨੂੰ ਵੀ ਬਹੁਤ ਚਿਰ ਹੋ ਗਿਆ, ਉਹਨਾਂ ਦੀ ਉਮਰਾਂ ਨਹੀਂਗੀਆਂ, ਕਿਸੇ ਦੀ ਪਿੱਠ ਦੁਖਦੀ ਆ, ਉਹ ਇਲਾਜ ਚੱਲ ਰਹੇ ਆ, ਕਿਸੇ ਦਾ ਮੈਂਟਲੀ ਇਲਾਜ ਚੱਲ ਰਿਹਾ, ਕਿਸੇ ਦਾ ਹੋਰ ਚੱਲ ਰਿਹਾ, ਹੁਣ ਉਹ ਟਾਈਮ ਆ ਜਿਹੜਾ ਉਹ ਆ ਗਿਆ ਵੀ ਉਹਨਾਂ ਸਾਰੀਆਂ ਗੱਲਾਂ ਨੂੰ ਭੁੱਲ ਕੇ, ਸਾਰੀਆਂ ਗੱਲਾਂ ਨੂੰ ਛੱਡ ਕੇ ਉਹਨਾਂ ਵੱਲ ਵੀ ਜਿਹੜਾ ਹੈ ਉਹ ਵੀ ਆਪਣੀ ਜਿਹੜੀ ਜ਼ਿੰਦਗੀ ਅੱਧੀ ਤੋਂ ਵੱਧ ਤਾਂ ਕੱਟੀ ਕੱਟੀ ਗਈ, ਜਿੰਨੀ ਵੀ ਹੈ ਆਪਣੀ ਆਰਾਮ ਨਾਲ ਕੱਟਣ। ਇਸ ਤੋਂ ਇਲਾਵਾ ਅੱਜ ਦੇ ਮਾਹੌਲ ਦੀ ਮੈਂ ਗੱਲ ਕਰਾਂ, ਅੰਮ੍ਰਿਤਪਾਲ ਸਿੰਘ ਖਾਲਸਾ ਸਾਂਸਦ ਬਣ ਗਏ ਨੇ, ਉਹਨਾਂ ਦੇ ਫਿਰ ਇੱਕ ਵਾਰੀ NSA ਵਧਾ ਦਿੱਤਾ ਗਿਆ ਇੱਕ ਸਾਲ ਦਾ, ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਸਟੇਟ ਗਵਰਨਮੈਂਟ ਆ ਜਿਹੜੀ ਸਾਡੀ ਪੰਜਾਬ ਦੀ, ਉਹਨਾਂ ਨੇ, ਮੈਂ ਪਤਾ ਕਰ ਰਿਹਾ ਸੀ ਹੁਣੀ, ਕਿਉਂਕਿ ਉਹਨਾਂ ਨੇ ਫੜਿਆ, ਸਟੇਟ ਗਵਰਨਮੈਂਟ ਹੀ ਇਹਨੂੰ ਰਿਕਮੈਂਡ ਕਰਦੀ ਆ ਵੀ ਸਾਡੇ ਹਾਲਾਤ ਕੀ ਨੇ ਪੰਜਾਬ ਦੇ, ਉਹਨੂੰ ਅਸੈਸ ਕਰਕੇ ਉਹ ਫਾਈਲ ਥੱਲਿਓਂ ਚੱਲ ਕੇ ਉਹ ਤਾਂ ਫਿਰ ਦਿੱਲੀ ਆਉਂਦੀ ਆ। ਇਸ ਕਰਕੇ ਸਟੇਟ ਗਵਰਨਮੈਂਟ ਨੇ ਜ਼ਰੂਰ ਇਹ ਦੇਖਿਆ ਹੋਣਾ ਵੀ ਹਜੇ ਜਿਹੜੇ ਨੇ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਹੋਣੀ ਆ, ਕਿਉਂਕਿ ਇਹ ਤਾਂ ਹਰ ਸਾਲ ਐਕਸਟੈਂਡ ਹੋਣਾ ਹੈ ਸਾਲ ਲਈ, ਹਜੇ ਉਹਨਾਂ ਨੂੰ ਜੋ ਮੈਂ ਕਹਿ ਸਕਦਾ ਜੋ ਉਹਨਾਂ ਨੇ ਲਿਖਿਆ ਹੋਊਗਾ ਉਹਦੇ ਵਿੱਚ ਉਹ ਤਾਂ ਸਾਰਾ ਕੁਝ ਬਾਹਰ ਆ ਜਾਏਗਾ, ਹਜੇ ਮੈਨੂੰ ਲੱਗਦਾ ਉਹਨਾਂ ਨੇ ਇਹ ਗੱਲ ਕਹੀ ਹੋਣੀ ਆ ਵੀ ਸਾਨੂੰ ਕੋਈ ਨਾ ਕੋਈ ਇਹਨਾਂ ਤੋਂ ਖਤਰਾ ਏ, ਕੋਈ ਨਾ ਕੋਈ ਇਹਨਾਂ ਤੋਂ ਡਰ ਆ, ਜਿਹੜੀ ਸਟੇਟ ਗਵਰਨਮੈਂਟ ਨੇ ਕਹੀ ਆ। ਪਰ ਆਉਣ ਵਾਲੇ ਦਿਨਾਂ 'ਚ ਇਹਨੂੰ ਵੀ ਜਿਹੜਾ ਇਹ ਪਹਿਲਕਦਮੀ ਕਰਕੇ ਇਸ ਚੀਜ਼ ਨੂੰ ਵੀ ਹੱਲ ਕਰ ਲੈਣਾ ਚਾਹੀਦਾ, ਜਦੋਂ ਲੋਕਾਂ ਨੇ ਉਹਨਾਂ ਨੂੰ ਮੈਂਡੇਟ ਦਿੱਤਾ ਏ। ਤੇ ਮੈਂ ਪੁੱਛ ਰਿਹਾ ਸੀ ਆਪਣੇ BJP ਦੇ ਕੈਂਡੀਡੇਟ ਨੇ ਜਿਹੜੇ ਲੜੇ ਨੇ, ਉਹਨਾਂ ਨੇ ਕਿਹਾ ਵੀ ਇੱਕੋ ਕਹੇ ਤੇ ਵੋਟ ਵੀ, ਮੈਂ ਕਿਹਾ ਕਿਉਂ ਵੋਟ ਪਈ? ਉਹ ਕਹਿੰਦੇ ਸਾਰੇ ਖਡੂਰ ਸਾਹਿਬ ਇਲਾਕੇ ਵਾਲਿਆਂ ਨੇ ਇਸ ਕਰਕੇ ਵੋਟ ਪਾਈ, ਜਿਹੜੇ ਵੀ ਪਿੰਡ ਜਾਂਦੇ ਸੀ ਵੀ ਚਲੋ ਜੇ ਯਾਰ MP ਬਣ ਜਾਏਗਾ ਇੱਕ ਵੋਟ ਹੀ ਆ ਪਾਉਣੇ ਹੀ ਆ, ਤੇ ਇਸ ਵਾਰ ਅੰਮ੍ਰਿਤਪਾਲ ਨੂੰ ਪਾ ਕੇ ਮੁੰਡਾ ਬਾਹਰ ਆ ਜਾਊਗਾ। ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਜ਼ਿੰਮੇਵਾਰੀ ਸਾਰੇ ਹਲਕੇ ਨੂੰ ਜੇ ਉਹਨਾਂ ਨੇ ਲਈ ਆ ਉਹਦੀ, ਤੇ ਅੱਗੇ ਵੀ ਹੋਰ ਕੁਛ ਦਿਨਾਂ ਦੇ ਵਿੱਚ ਜਿਹੜਾ ਇਹ ਗੱਲ ਉੱਥੇ ਦੇ ਮੋਹਤਵਰ ਲੋਕ ਨੇ, ਉਹਨਾਂ ਦੇ ਪੇਰੈਂਟਸ ਤਾਂ ਹੈ ਹੀ, ਇਹ ਸਰਕਾਰਾਂ ਨਾਲ ਗੱਲ ਕਰ ਲੈਣੀ ਚਾਹੀਦੀ। ਇਸ ਤੋਂ ਇਲਾਵਾ ਆਖਰੀ ਸਵਾਲ ਹੈ ਮੇਰਾ, ਨਿੱਜਰ ਨੂੰ ਲੈ ਕੇ ਬੜੀਆਂ ਗੱਲਾਂ ਹੁੰਦੀਆਂ ਰਹੀਆਂ, ਲਗਾਤਾਰ ਕੈਨੇਡਾ ਇੰਡੀਅਨ ਗਵਰਨਮੈਂਟ ਦੇ ਉੱਤੇ ਵੀ ਸਵਾਲ ਚੁੱਕਦਾ ਰਿਹਾ, ਅੱਜ ਉੱਥੋਂ ਦੀ ਸੰਸਦ ਦੇ ਅੰਦਰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਆ, ਨਿੱਜਰ ਨੂੰ ਯਾਦ ਕੀਤਾ ਗਿਆ, ਰਵਨੀਤ ਬਿੱਟੂ ਕਿਵੇਂ ਦੇਖਦੇ? ਦੇਖੋ, ਪਤਾ ਕੀ ਆ, ਇੱਕ ਸਾਲ ਹੋਇਆ, ਇਹ ਨਾ ਦੂਜੇ ਦੇਸ਼ ਦੇ ਵਿੱਚ ਅੱਗ ਲਾਉਣ ਵਾਲੀ ਗੱਲ ਆ, ਦੂਜੇ ਦੇਸ਼ ਦੇ ਵਿੱਚ ਮਾਹੌਲ ਖਰਾਬ ਕਰਨ ਵਾਲੀ ਗੱਲ ਆ, ਤੇ ਜਿਹੜਾ ਕੈਨੇਡੀਅਨ ਗਵਰਨਮੈਂਟ ਨੇ ਇਹ ਤਾਂ ਬੜੀਆਂ ਟ੍ਰਿਟੀ ਸਾਈਨ ਕਰਦੇ ਆ ਇੰਟਰਨੈਸ਼ਨਲ ਲੈਵਲ ਤੇ, ਇਹ ਦੇਸ਼ ਨੇ ਜਿਹੜੇ ਟੈਰਰਿਜ਼ਮ ਦੇ ਬੜਾ ਅਗੇਂਸਟ ਨੇ, ਤੇ ਬੜੀਆਂ ਉੱਚੀ ਆਵਾਜ਼ 'ਚ ਗੱਲ ਕਰਦੇ ਆ, ਪਰ ਜਦੋਂ ਇਹ ਹੈਰਾਨਗੀ ਹੁੰਦੀ ਆ ਵੀ ਇਹਨਾਂ ਦੀ ਪਾਰਲੀਮੈਂਟ ਦੇ ਵਿੱਚ ਜਿਸ ਬੰਦੇ ਤੇ ਬੜੇ ਬੜੇ ਕੇਸ ਚੱਲਦੇ ਹੋਣ, ਬੜੇ ਮੋਸਟ ਵਾਂਟਿਡ ਲਿਸਟ 'ਚ ਹੋਵੇ, ਉਹਦੀ ਉੱਥੇ ਸ਼ਲਾਘਾ ਕਰਨੀ ਜਾਂ ਉਹਨੂੰ ਯਾਦ ਕਰਨਾ, ਕਿਤੇ ਨਾ ਕਿਤੇ ਦੋਗਲਾ ਪਾਉਣਾ। ਗੱਲ ਇਹ ਆ, ਮੈਂ ਸਪੈਸੀਫਿਕ ਕਿਸੇ ਬੰਦੇ ਦੀ ਗੱਲ ਨਹੀਂ ਨਿੱਜਰ ਦੀ ਕਰਦਾ, ਮੈਂ ਇਹ ਗੱਲ ਕਰਦਾ ਵੀ ਜਦੋਂ ਤੁਸੀਂ ਟੈਰਰਿਜ਼ਮ ਦੇ ਉੱਤੇ ਇੰਨਾ ਸਖ਼ਤ ਤੋਂ ਦੁਨੀਆਂ 'ਚ ਤੁਸੀਂ ਇੱਕ ਸ਼ੋ ਕੇਸ ਬਣੇ ਹੋਏ, ਸ਼ੋ ਪੀਸ ਵੀ ਅਸੀਂ ਜੀ ਇੰਨਾ ਆਹ ਚੀਜ਼ਾਂ ਅਸੀਂ ਬਰਦਾਸ਼ਤ ਨਹੀਂ ਕਰਦੇ, ਤੇ ਉਹਦੇ ਉਲਟੀ ਦੂਜੇ ਪਾਸੇ ਤੁਸੀਂ ਆ ਕੇ ਆਪਣੀ ਪਾਰਲੀਮੈਂਟ ਦੇ ਵਿੱਚ ਉਹ ਇਨਸਾਨ ਦੀ ਗੱਲ ਕਰਦੇ ਹੋ। ਗੱਲ ਇਹ ਤਾਂ ਨਹੀਂ ਗੀ ਨਾ, ਗੱਲ ਕਿਸੇ ਕਾਨੂੰਨ ਤੇ ਖੜੀ ਆ, ਕਿਸੇ ਐਵੀਡੈਂਸ ਤੇ ਖੜੀ ਆ, ਕਿਸੇ ਬੜੀਆਂ ਜਿਹੜੀਆਂ ਏਜੰਸੀਜ਼ ਨੇ ਉਹਨਾਂ ਦਾ ਆਪਸ ਵਿੱਚ ਰਿਲੇਸ਼ਨ ਨੇ, ਇੰਟਰਨੈਸ਼ਨਲ ਟ੍ਰੀਟੀਜ਼ ਨੇ, ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ, ਲਿਖੀਆਂ ਗਈਆਂ ਉਹਦੇ ਬਾਰੇ, ਉਹਨੂੰ ਤੁਸੀਂ ਉਸ ਚੀਜ਼ਾਂ ਨੂੰ ਸਾਰੀਆਂ ਨੂੰ ਉਹਦੀਆਂ ਧੱਜੀਆਂ ਉਡਾ ਕੇ ਤੁਸੀਂ ਉਸ ਗੱਲ ਨੂੰ ਇਗਨੋਰ ਕਰਕੇ ਤੁਸੀਂ ਉਸ ਬੰਦੇ ਦੀ ਗੱਲ ਕਰ ਰਹੇ ਹੋ, ਤੇ ਫਿਰ ਕੱਲ੍ਹ ਨੂੰ ਤੁਸੀਂ ਕਿਸੇ ਹੋਰ ਦੇਸ਼ਾਂ ਨੂੰ ਜਦੋਂ ਇਹ ਦਬਾਅ ਪਾਉਂਦੇ ਆ ਵੀ ਫਲਾਨੇ ਜਗ੍ਹਾ ਦੇਸ਼ ਲੜ ਪਏ ਆਪਸ ਵਿੱਚ ਜਾਂ ਫਲਾਨੇ ਜਗ੍ਹਾ ਆਹ ਕੁਛ ਹੋ ਰਿਹਾ,
ਤੇ ਇਹ ਕਿਸ ਗੱਲ ਦੇ ਦਾਅਵੇਦਾਰ ਰਹਿਣਗੇ, ਕਿਸ ਗੱਲ ਦੇ ਹੱਕਦਾਰ ਰਹਿਣਗੇ, ਕੱਲ ਨੂੰ ਇਹਨਾਂ ਦੀ ਕੀ ਆਪਦੀ ਛਵੀ ਕੀ ਰਹਿ ਜਾਂਦੀ ਆ। ਇਸ ਕਰਕੇ ਇਹ ਗੱਲ ਇੰਟਰਨੈਸ਼ਨਲੀ ਮੈਨੂੰ ਲੱਗਦਾ ਐਕਸਟਰਨਲ ਅਫੇਅਰ ਮਿਨਿਸਟਰੀ ਬੜੀ ਗੰਭੀਰਤਾ ਨਾਲ ਇਸ ਗੱਲ ਨੂੰ ਲਏਗੀ, ਚੱਕੇਗੀ, ਤੇ ਇਸ ਗੱਲ ਦਾ ਜਿਹੜਾ ਏ ਉਹ ਇਹਦੇ ਭਰਪੂਰ ਖੰਡਨ ਆ ਜਿਹੜਾ ਉਹ ਕਰਨਾ ਚਾਹੀਦਾ। ਬਹੁਤ ਧੰਨਵਾਦ। ਤੇ ਇਹ ਸਨ ਸਾਡੇ ਨਾਲ ਰਵਨੀਤ ਸਿੰਘ ਬਿੱਟੂ, ਕੈਮਰਾਮੈਨ ਜਗਦੀਸ਼ ਦੇ ਨਾਲ ਹਰਪ੍ਰੀਤ ਸਿੰਘ, ਪੀਟੀਸੀ ਨਿਊਜ਼ ਦਿੱਲੀ।